Good morning, friends all over the world. How are you doing today? Look, actually, oh, Maura, what is going on? A cool breeze is blowing from north to south. बिल्कुल पाजी ब्रीज अलग थोड़ा जा कोई माहौल है इस वेले है ते आह बाजी वाह आई मेरा बेबे ऐनी ब्रीज नहीं कि कान ठंडा हो जाए ठंडी चीज नहीं और की ठंडा होना होता ते एक बड़ा मजेदार वाकया यार ठंडी चीज तो ते अच्छा चलो फिर से यार देखो आजकल की सड़ा साड़ी जरी सोशियो इकोनॉमी है ते जरे पॉलिटिकल डिसीजन मेकर्स ने ते इकोनॉमिक जरा साड़ी ये थे डिसीजन मेकिंग हो रही है उधर कितना एडहॉकिज्म है कितना ये आईएमएफ जो जब फंस गए ने मसले मसाइल दे बीचे ਕਹਿੰਦੇ ਜਿਹਦੀ ਨਾ ਉਹ ਬਿਲਕੁਲ ਉਹੀ ਮਿਸਾਲ ਲੈਂਦੀ ਉਹ ਲਤੀਫਾ ਯਾਦ ਆ ਜਾਂਦਾ ਆ ਬਣ ਜਾਂਦੀ ਹੈ ਜਿਵੇਂ ਪ੍ਰੀ ਪਾਰਟੀਸ਼ਨ ਤੋਂ ਦੇ ਵੇਲੇ ਦੇ ਵਿੱਚ ਉਹਦੇ ਦੌਰਾਨ ਦੇ ਵਿੱਚ ਉਦੋਂ ਜ਼ਰਾ ਪਹਿਲੇ ਦੇ ਵਾਕਿਆ ਔਰ ਉਹ ਹੁੰਦਾ ਹੈ ਕਿ ਜਨਾਬ ਕੇ ਲੰਦਨ ਨੇ ਆਪਣਾ ਸਰਦਾਰ ਗੁਲਾਬ ਸਿੰਘ ਅਤੇ ਸਰਦਾਰ ਬੂਟਾ ਸਿੰਘ ਦੋ ਬੜੇ ਗਹਿਰੇ ਯਾਰ ਹੁੰਦੇ ਨੇ ਗੁਲਾਬ ਸਿੰਘ ਦਾ ਵਿਆਹ ਹੋ ਜਾਂਦਾ ਅਤੇ ਕੋਈ ਆਈਏ 6 ਮਹੀਨੇ ਲੰਘਦੇ ਨੇ ਅਤੇ ਜਨਾਬ ਉਹ ਦੋਸਤ ਫਿਰ ਮਿਲਦੇ ਨੇ ਅੰਮ੍ਰਿਤਸਰ ਦੀ ਮੁਲਾਕਾਤ ਹੁੰਦੀ ਹੈ ਅਤੇ ਪੁੱਛਦਾ ਹੈ ਕਿ ਜਨਾਬ ਹੋਰ ਸੁਣਾ ਬਈ ਕੀ ਹਾਲ ਹੈ ਤੇਰਾ ਵਿਆਹ ਕੈਸਾ ਚੱਲ ਰਿਹਾ ਗੁਲਾਬ ਸਿੰਘ ਬੁੱਢਾ ਸਿੰਘ ਨੇ ਪੁੱਛਦਾ ਕਹਿੰਦਾ ਯਾਰ ਕਹਿੰਦਾ ਹੋਰ ਸੁਣਾ ਤੇਰੀ ਉਹਦਾ ਬੰਤੋ ਦਾ ਤੇਰੀ ਬੇਗਮ ਦਾ ਤੇਰੀ ਹੁਣ ਤਾਂ ਵੱਟੀ ਬਣ ਗਈ ਏ ਹੁਣ ਤਾਂ ਗੱਲਾਂ ਮੁੱਕ ਗਈਆਂ ਕਹਿੰਦਾ ਛੱਡ ਯਾਰ ਕਹਿੰਦਾ ਕੀ ਹੋਇਆ ਕਹਿੰਦਾ ਟੈਂਚਨ ਮੈਂ ਤਾਂ ਗਾਟਾ ਲਾ ਦੇਣਾ ਕਹਿੰਦਾ ਕੀ ਹੋਇਆ ਗੁਲਾਬ ਸਿੰਘ ਆ ਜਿਗਰ ਕੀ ਹੋਇਆ ਉਹ ਕਹਿੰਦਾ ਯਾਰ ਫਿਰ ਇੱਦਾਂ ਹੀ ਬੁੜਬੁੜਾਉਂਦਾ ਕਹਿੰਦਾ ਮੈਂ ਮੰਨੂ ਦਾ ਸਿਰ ਲਾ ਦੇਣਾ ਉਹ ਕਹਿੰਦਾ ਉਹਨੂੰ ਕੀ ਹੋਇਆ ਕਹਿੰਦਾ ਯਾਰ ਮੈਂ ਘਰ ਆਇਆ ਸ਼ਾਮ ਦੇ ਵੇਲੇ ਅਤੇ ਆਪਣਾ ਬੁੱਢਾ ਸਿੰਘ ਜਿਹੜਾ ਹੈ ਨਾ ਸੋਰੀ ਜਿਹੜਾ ਮਨੂ ਹੈ ਨਾ ਉਹ ਮੈਂ ਵੇਖਦਾ ਕਿ ਬੰਤੋ ਜਿਹੜੀ ਹੈ ਨਾ ਮਨੂ ਦੇ ਨਾਲ ਸੋਫੇ ਦੇ ਉੱਤੇ ਦੋਵੇਂ ਸਿੱਧੇ ਹੋਏ ਆ ਮੈਨੂੰ ਵੇਖਿਆ ਅਤੇ ਬਸ ਅਤੇ ਕਹਿੰਦਾ ਤੂੰ ਕਹਿੰਦਾ ਤੂੰ ਫੋਨ ਕਿਰਪਾਨ ਕਰਨੀ ਸੀ ਤੇ ਫੜ ਗਿਆ ਤੂੰ ਬੰਤੋ ਦਾ ਗਾਠਾ ਲਾ ਦੇਣਾ ਸੀ ਕਹਿੰਦਾ ਛੱਡ ਯਾਰ ਇੰਨੇ ਚਾਵਾਂ ਨਾਲ ਵਿਆਹ ਕੀਤਾ ਇੰਨੇ ਪਿਆਰ ਨਾਲ ਬੜਾ ਮੈਂ ਪਿਆਰ ਕਰਨਾ ਬੜੀ ਮੁਹੱਬਤ ਨਾਲ ਬੜੀ ਮੁਹੱਬਤ ਸੀ ਸਾਡੀ ਬਚਪਨ ਤੋਂ ਸੀ ਕੰਧਾਂ ਟੱਪਦੇ ਰਹੇ ਹਾਂ ਬਚਪਨ ਤੋਂ ਅਸੀਂ ਕੰਧਾਂ ਟੱਪਦੇ ਰਹੇ ਹਾਂ ਅਤੇ ਪਿਆਰ ਰਿਹਾ ਸਾਡਾ ਯਾਰ ਹੁਣ ਇਨਸਾਨ ਹੈ ਇੰਨੀ ਗਲਤੀ ਵੀ ਤਾਂ ਨਹੀਂ ਐਡੀ ਵੱਡੀ ਗਲਤੀ ਵੀ ਤਾਂ ਨਹੀਂ ਆਦਮੀ ਕਹਿੰਦਾ ਗਾਟਾ ਹੀ ਲਾ ਦੇ ਅਤੇ ਕਹਿੰਦਾ ਉਹ ਮੈਨੂੰ ਤਾਂ ਲਾ ਦੇਣਾ ਸੀ ਯਾਰ ਜਵਾਨ ਹੋਇਆ ਨਵਾਂ ਨਵਾਂ ਮੁੰਡਾ ਕੀ ਬਾਪ ਇੰਨਾ ਜਿਹਾ ਨਿਆਣਾ ਸੀ ਅਤੇ ਬਾਪੂ ਲੈ ਕੇ ਆਏ ਸੀ ਅਸੀਂ ਸਾਡੀਆਂ ਅੱਖਾਂ ਸਾਹਮਣੇ ਜਵਾਨ ਸੀ ਜਵਾਨ ਹੋਇਆ ਯਾਰ ਉਹਨੇ ਐਡੀ ਗੱਲ ਵੀ ਤਾਂ ਨਹੀਂ ਹੈਗੀ ਕਿ ਬੰਦਾ ਫੜ ਗਿਆ ਆਪਣਾ ਗਾਟਾ ਜਾਂ ਐਡੀ ਵੱਡੀ ਗੱਲ ਤਾਂ ਨਹੀਂ ਬੰਦਾ ਗਾਟਾ ਹੀ ਲਾ ਦੇ ਕਹਿੰਦਾ ਜਾ ਜਾ ਭੈਣ ਜਾ ਖੜਾ ਕੇ ਮੈਨੂੰ ਨਹੀਂ ਪਤਾ ਤੇਰਾ ਕੁਛ ਨਹੀਂ ਬਣਨਾ ਆਹ ਫਿਰ ਕੋਈ ਚੰਦ ਦਿਨ ਬਾਅਦ ਮੁਲਾਕਾਤ ਹੁੰਦੀ ਹੈ ਦੋਸਤਾਂ ਦੀ ਕਹਿੰਦਾ ਦੱਸ ਫਿਰ ਕੀ ਕੀਤਾ ਤੂੰ ਕੀ ਹੱਲ ਕੀਤਾ ਪਾਕਿਸਤਾਨੀ ਹਲਵਾ ਕਹਿੰਦੇ ਮੈਂ ਸੋਭਾ ਹੀ ਚੁਕਾ ਦਿੱਤਾ ਬਾਬਾ